ਜਲਾਲਾਬਾਦ ਟ੍ਰੈਫਿਕ ਪੁਲਿਸ ਦੇ ਵੱਲੋਂ ਲੜਕੀਆਂ ਦੇ ਸਕੂਲ ਲਾਗੇ ਛੁੱਟੀ ਸਮੇਂ ਆਵਾਰਾਗਰਦੀ ਕਰਨ ਵਾਲੇ ਮਨਚਲਿਆਂ ਤੇ ਪਾਈ ਗਈ ਨੱਥ, ਲਾਇਆ ਨਾਕਾ। ਜਾਣਕਾਰੀ ਮੁਤਾਬਕ ਅੱਜ ਦਿਨ ਵੀਰਵਾਰ ਦੁਪਹਿਰ 3 ਵਜੇ ਦੇ ਕਰੀਬ ਜਲਾਲਾਬਾਦ ਦੇ ਲੜਕੀਆਂ ਦੇ ਸਕੂਲ ਦੇ ਬਾਹਰ ਹੁੱਲੜਬਾਜ਼ੀ ਕਰਨ ਵਾਲੇ ਅਤੇ ਗੇੜੀਆਂ ਲਗਾਉਣ ਵਾਲੇ ਮਨਚਲਿਆਂ ਤੇ ਨੱਥ ਪਾਉਣ ਦੇ ਮਕਸਦ ਦੇ ਨਾਲ ਜਲਾਲਾਬਾਦ ਟ੍ਰੈਫਿਕ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਗਈ। ਇਸ ਦੌਰਾਨ ਮੋਟਰਸਾਈਕਲਾਂ ਤੇ ਵੱਡੇ ਹਾਰਨ ਲਾ, ਬਿਨਾਂ ਨੰਬਰ ਪਲੇਟ ਅਤੇ ਟ੍ਰਿਪਲ ਰਾਈਡਿੰਗ ਕਰ ਰਹੇ ਮਨਚਲਿਆਂ ਨੂੰ ਪੁਲਿਸ ਨੇ ਕਾਬੂ ਕਰ ਉਹਨਾਂ ਦੇ ਚਲਾਨ ਕੱਟੇ ਨੇ। ਦੱਸ ਦਈਏ ਕਿ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਤੋਂ ਟ੍ਰੈਫਿਕ ਇੰਚਾਰਜ ਸੂਰਜਭਾਨ ਨੇ ਦੱਸਿਆ ਕਿ ਉੱਚ ਅਫਸਰਾਂ ਦੇ ਹੁਕਮਾਂ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਫੋਨ ਰਾਹੀਂ ਕਈ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਕੁੜੀਆਂ ਦੇ ਸਕੂਲ ਦੇ ਬਾਹਰ ਛੁੱਟੀ ਦੇ ਸਮੇਂ ਕੁਝ ਮਨਚਲੇ ਗਲਤ ਹਰਕਤਾਂ ਕਰਦੇ ਨੇ, ਜਿਨ੍ਹਾਂ 'ਤੇ ਨੱਥ ਪਾਉਣ ਦੇ ਮਕਸਦ ਦੇ ਨਾਲ ਅੱਜ ਉਹਨਾਂ ਦੇ ਵੱਲੋਂ ਇਹ ਨਾਕੇਬੰਦੀ ਕੀਤੀ ਗਈ ਹੈ। ਦੱਸ ਦਈਏ ਕਿ ਇਸ ਮੌਕੇ ਪੁਲਿਸ ਦੇ ਵੱਲੋਂ 3 ਮੋਟਰਸਾਈਕਲਾਂ ਦੇ ਚਲਾਨ ਵੀ ਕੀਤੇ ਗਏ ਨੇ। ਕਿਸ ਬੰਦੇ ਲਵਾਇਆ ਗਿਆ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਟ੍ਰੈਫਿਕ ਇੰਚਾਰਜ ਜਲਾਲਾਬਾਦ। SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਅਤੇ DSP ਸਾਹਿਬ ਦੇ ਜਲਾਲਾਬਾਦ ਦੇ ਹੁਕਮਾਂ ਨੂੰ ਮੁੱਖ ਰੱਖਦੇ ਅੱਜ ਅਸੀਂ ਲੜਕੀਆਂ ਵਾਲੇ ਸਕੂਲ ਜਲਾਲਾਬਾਦ ਇਹ ਨਾਕਾ ਲਗਾਇਆ, ਜਿੱਥੇ ਜਿਹੜੇ ਆਵਾਰਾਗਰਦੀ ਕਰਦੇ ਬੱਚੇ ਆ ਨਾ, ਇਹਨਾਂ ਨੂੰ ਅਸੀਂ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਬਖਸ਼ਾਂਗੇ ਨਹੀਂ, ਕਿਉਂਕਿ ਅਸੀਂ ਦੇਖਦੇ ਹਾਂ ਕਈ ਵਾਰ 1-2 ਵਾਰ ਸਾਨੂੰ ਪਹਿਲਾਂ ਵੀ ਫੋਨ ਆਏ ਸੀ। ਅੱਜ ਅਸੀਂ ਆ ਕੇ ਦੇਖਿਆ ਕਿ ਜਿਹੜੇ ਲੜਕੇ ਨੇ 3-3 ਜਣੇ ਚੜ੍ਹੇ ਆ ਸਕੂਟਰਾਂ 'ਤੇ, ਮੋਟਰਸਾਈਕਲਾਂ 'ਤੇ ਚੜ੍ਹੇ ਆ ਅਤੇ ਆਵਾਰਾਗਰਦੀ ਕਰ ਰਹੇ ਨੇ, ਜਿਨ੍ਹਾਂ 'ਚੋਂ 1-2 ਕੁ ਮੋਟਰਸਾਈਕਲ ਮੈਂ ਰੋਕੇ ਨੇ, ਅਤੇ ਜਿਹੜੇ ਆਵਾਰਾਗਰਦੀ ਕਰ ਰਹੇ ਨੇ ਜਾਂ ਹੁੱਲੜਬਾਜ਼ੀ ਕਰਦੇ ਨੇ, ਇਹਨਾਂ ਨੂੰ ਅਸੀਂ ਇਹ ਕੰਮ ਨਹੀਂ ਕਰਨ ਦਿਆਂਗੇ। ਇੱਕ ਸਰ, ਜੋ ਸ਼ਹਿਰ ਦੇ ਵਿੱਚ 2-ਵੀਲਰ ਘੁੰਮ ਰਹੇ ਨੇ, ਚਾਹੇ ਬਾਈਕ ਹੋਵੇ, ਸਕੂਟੀ ਹੋਵੇ ਜਾਂ ਹਰਨ ਲਵਾਏ ਹੋਏ ਨੇ ਵੱਡੇ, ਇੱਥੋਂ ਤੱਕ ਕਿ ਨੰਬਰ ਪਲੇਟਾਂ ਵੀ ਨਹੀਂ ਹੈਗੀਆਂ ਕਈਆਂ ਦੀਆਂ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਸ ਬਾਰੇ? ਅਸੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਇਹੋ ਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਜਿਹੜੇ ਨੇ ਨੰਬਰ ਪਲੇਟਾਂ ਨਾਲ ਲਾ ਕੇ ਰੱਖੋ, ਆਪਣੇ ਡਾਕੂਮੈਂਟ ਕੋਲ ਰੱਖੋ, ਜੇਕਰ ਫਿਰ ਵੀ ਇਹ ਨਹੀਂ ਮੰਨਦੇ ਤਾਂ ਫਿਰ ਅਸੀਂ ਇਹਨਾਂ ਦੇ ਚਲਾਨ ਵੀ ਕਰਾਂਗੇ ਅਤੇ ਜਿਹੜੇ ਬਿਨਾਂ ਕਾਗਜ਼ ਨੇ ਉਹਨਾਂ ਨੂੰ ਅਸੀਂ ਬੰਦ ਵੀ ਕਰਾਂਗੇ। ਅੱਜ ਦਾ ਨਾਕਾ ਸਰ ਕਿੱਥੇ ਲਗਾਇਆ ਗਿਆ? ਲੜਕੀਆਂ ਵਾਲੇ ਸਕੂਲ ਦੇ ਗੇਟ ਦੇ ਬਾਹਰ।